ਅਮਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਜਿੱਥੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਅਤੇ ਨਾਕਾਬੰਦੀ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਉੱਥੇ ਹੀ ਮਾਨਸਾ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਹਰ ਆਣ ਜਾਣ ਵਾਲੇ ਲੋਕਾਂ ਦੀ ਚੈਕਿੰਗ ਕਰਕੇ ਬੈਰੀਗੇਟਾਂ ਉੱਤੇ ਅਮਰਿਤਪਾਲ ਅਤੇ ਉਸਦੇ ਦੋ ਸਾਥੀਆਂ ਦੀ ਫੋਟੋ ਲਗਾ ਦਿੱਤੀ ਗਈ ਹੈ ਇਸ ਸਬੰਧੀ ਮਾਨਸਾ ਦੇ ਐਸਪੀਡੀ ਬਾਲਕ੍ਰਿਸ਼ਨ ਸਿੰਘਲਾ ਨੇ ਦੱਸਿਆ ਕਿ ਮਾਂਸਾ ਪੁਲਿਸ ਵੱਲੋਂ ਇੱਕ ਦਰਜਨ ਦੇ ਕਰੀਬ ਨਾਕਾਬੰਦੀ ਕਰਕੇ ਹਰ ਆਣ ਜਾਣ ਵਾਲੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਬੈਰੀਕੇਟਾਂ ਉੱਤੇ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਦੀਆਂ ਫੋਟੋਆਂ ਲਗਾਈਆਂ ਗਈਆਂ ਹਨ ਤਾਂ ਜੋ ਲੋਕ ਜਾਗਰੂਕ ਹੋ ਸਕਣ ਇਸ ਦੇ ਨਾਲ ਹੀ ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਅੰਮ੍ਰਿਤਪਾਲ ਬਾਰੇ ਜਾਂ ਉਸਦੇ ਸਾਥੀਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨੂੰ ਸੂਚਿਤ ਕਰਨ ਸਰਦੂਲਗੜ ਤੋਂ ਅੱਜ ਦੀ ਆਵਾਜ਼ ਲਈ ਰਣਜੀਤ ਗਰਗ ਦੀ ਰਿਪੋਰਟ ਇਹ ਕੁਲ ਮਾਸਾ ਚ ਇੰਟਰਸਟੇਟ 16 ਨਾਕੇ ਲਗਾਏ ਗਏ ਨੇ ਜੋ ਪੰਜਾਬ ਤੇ ਹਰਿਆਣਾ ਦੇ ਬਾਰਡਰ ਨੂੰ ਲੱਗਦੇ ਨੇ ਤੇ ਇਸ ਵਿੱਚ ਜਿਹੜੇ ਨਾਕਿਆਂ ਦੀਆਂ ਜੋ ਤਸਵੀਰਾਂ ਲਗਾਈਆਂ ਨੇ ਉਹ ਪਬਲਿਕ ਦੀ ਇਨਫੋਰਮੇਸ਼ਨ ਲਈ ਲਗਾਈਆਂ ਗਈਆਂ ਨੇ ਜਿਸ ਵਿੱਚ ਅਮਰਿਤਪਾਲ ਪਪਲਪ੍ਰੀਤ ਤੇ ਉਹਨਾਂ ਦੇ ਸਾਥੀਆਂ ਦੀ ਫੋਟੋ ਹੈ ਤਾਂ ਇਹ ਪਬਲਿਕ ਜਿਹੜੀ ਆਈ ਉਹਨਾਂ ਨੂੰ ਪਛਾਣ ਸਕੇ ਜਾਂ ਜੇ ਉਹਨਾਂ ਬਾਰੇ ਜੋ ਕੋਈ ਇਹ ਜਾਣਕਾਰੀ ਹੈਗੀ ਤੇ ਪੁਲਿਸ ਨੂੰ ਦਿੱਤੀ ਜਾ ਸਕੇ